ਮਨਪ੍ਰੀਤ ਸ਼ਰਮਾ ਅੱਜ ਤੁਹਾਡੇ ਅੱਗੇ ਹਾਜ਼ਰ ਹਾਂ ਦ ਫੈਕਟ ਆਈ ਚੈਨਲ ਦੇ ਨਾਲ। ਹਾਂਜੀ, ਅਸੀਂ ਇੱਥੇ ਲੋਕਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਕਿ ਕਿਉਂ ਬਾਬਾ ਰਾਮ ਰਹੀਮ ਸਿੰਘ ਦੀ ਸਮਾਜ ਨੂੰ ਜ਼ਰੂਰਤ ਹੈ, ਕਿਉਂ ਲੋਕਾਂ ਦੀ ਮੰਗ ਹੈ ਕਿ ਬਾਬਾ ਰਾਮ ਰਹੀਮ ਸਿੰਘ ਸਮਾਜ ਦੇ ਵਿੱਚ ਵਾਪਿਸ ਆਉਣ। ਹਾਂਜੀ, ਮੈਂ ਤੁਹਾਨੂੰ ਮਿਲਾਉਣ ਜਾ ਰਹੀ ਹਾਂ ਇੱਕ ਪਰਸਨ ਨੂੰ। ਕੀ ਨਾਮ ਹੈ ਜੀ ਤੁਹਾਡਾ? ਰੇਖਾ ਇਨਸਾਨ। ਕਿੱਥੋਂ ਆਏ ਹੋ ਤੁਸੀਂ? ਬਹੁਤ। ਹਾਂਜੀ, ਤੁਸੀਂ ਡੇਰਾ ਸੱਚਾ ਸੌਦਾ ਕਿੰਨਾ ਕੁ ਵਿਸ਼ਵਾਸ ਰੱਖਦੇ ਹੋ? ਬਹੁਤ ਵਿਸ਼ਵਾਸ ਹੈ, ਸਾਨੂੰ ਤਾਂ ਵਿਸ਼ਵਾਸ ਹੀ ਇਹਨਾਂ 'ਤੇ ਹੈ ਬਸ। ਹਾਂਜੀ, ਤੁਸੀਂ ਡੇਰਾ ਸੱਚਾ 'ਚ ਬਹੁਤ ਵਿਸ਼ਵਾਸ ਰੱਖਦੇ ਹੋ, ਕਿਉਂ ਵਿਸ਼ਵਾਸ ਰੱਖਦੇ ਹੋ? ਡੇਰਾ ਸੱਚਾ ਸੌਦਾ ਜਾ ਕੇ ਤੁਹਾਨੂੰ ਕੀ ਮਿਲਿਆ? ਸਾਨੂੰ ਸਭ ਕੁਝ ਹੀ ਡੇਰਾ ਸੱਚਾ ਸੌਦਾ ਤੋਂ ਮਿਲਿਆ ਹੈ। ਸਾਡੇ ਬਹੁਤ ਕਸ਼ਟ ਹੈ ਜੋ ਪਿਤਾ ਜੀ ਨੇ ਕੱਟੇ, ਮੇਰੇ ਘਰ ਵਾਲੇ ਨੂੰ ਸੱਪ ਨੇ ਡੱਸ ਲਿਆ ਸੀ, ਸਾਨੂੰ ਨਹੀਂ ਪਤਾ ਚੱਲਿਆ ਕਿ ਉਹਨਾਂ ਨੂੰ ਸੱਪ ਨੇ ਕੱਟ ਲਿਆ, ਪਰ ਉਹ ਪਿਤਾ ਜੀ ਦੀ ਇਹੋ ਜਿਹੀ ਰਹਿਮਤ ਹੈ, ਉਹਨਾਂ ਦੀ ਲੱਤ ਨਾ ਬੰਨਣ ਤੋਂ ਬਾਵਜੂਦ ਵੀ ਜਦੋਂ ਅਸੀਂ ਉਹਨਾਂ ਨੂੰ ਹਸਪਤਾਲ ਵਿੱਚ ਲੈ ਕੇ ਗਏ, ਜੋ ਸਾਨੂੰ ਪਤਾ ਚੱਲਿਆ ਕਿ ਉਹਨਾਂ ਨੂੰ ਸੱਪ ਨੇ ਕੱਟ ਲਿਆ, ਪਿਤਾ ਜੀ ਦੀ ਇਹੋ ਜਿਹੀ ਰਹਿਮਤ ਹੋਈ, ਪਿਤਾ ਜੀ ਨੇ ਸਾਨੂੰ ਦਰਸ਼ਨ ਦਿੱਤੇ ਕਿ ਇਹਨਾਂ ਨੂੰ ਕੁਛ ਨਹੀਂ ਹੋਵੇਗਾ, ਅਤੇ ਉਹਨਾਂ ਦੀ ਰਹਿਮਤ ਨਾਲ ਉਹਨਾਂ ਨੂੰ ਕੁਛ ਵੀ ਨਹੀਂ ਹੋਇਆ ਸੀ। ਉਹਨਾਂ ਨੂੰ ਲੁਧਿਆਣੇ DMC 'ਚ ਲੈ ਕੇ ਗਏ, ਜਿੱਥੇ ਉਹਨਾਂ ਦੀ ਲੱਤ ਕੱਟਣ ਦੀ ਨੌਬਤ ਆ ਗਈ ਸੀ, ਪਰ ਪਿਤਾ ਜੀ ਦੀ ਰਹਿਮਤ ਨਾਲ ਉਹ ਠੀਕ ਠਾਕ ਘਰ ਵਾਪਸ ਆ ਗਏ। ਹਾਂਜੀ, ਕਰਕੇ ਸਾਨੂੰ ਇਹਨਾਂ 'ਤੇ ਪੂਰਾ ਵਿਸ਼ਵਾਸ ਹੈ ਅਤੇ ਇਹਨਾਂ ਦਾ ਹੀ ਆਸਰਾ ਹੈ। ਤੁਹਾਨੂੰ ਲੱਗਦਾ ਹੈ ਕਿ ਬਾਬਾ ਰਾਮ ਰਹੀਮ ਸਿੰਘ ਨੇ ਸਮਾਜ ਦੇ ਲਈ ਕੀ ਕੁਛ ਕੀਤਾ? ਉਹਨਾਂ ਨੇ ਬਹੁਤ ਕੁਛ ਕੀਤਾ ਜੀ, ਇਹੋ ਜਿਹਾ ਕੋਈ ਕੰਮ ਹੀ ਨਹੀਂ ਜੋ ਉਹਨਾਂ ਨੇ ਸਮਾਜ ਲਈ ਨਹੀਂ ਕੀਤਾ। ਸਾਡੇ ਤਾਂ ਇਹੀ ਅਪੀਲ ਹੈ ਸਰਕਾਰ ਨੂੰ ਕਿ ਸਾਡੇ ਪਿਤਾ ਜੀ ਨੂੰ ਵਾਪਸ ਸਾਡੇ ਲਵੇ ਭੇਜਿਆ ਜਾਵੇ, ਜੋ ਕਿ ਉਹ ਹੋਰ ਭਲਾਈ ਦੇ ਕੰਮ ਕਰਨ ਅਤੇ ਸਾਨੂੰ ਵੀ ਸਿੱਖਿਆ ਦੇਣ ਕਿ ਅਸੀਂ ਵੀ ਲੋਕ ਭਲਾਈ ਦੇ ਕੰਮਾਂ ਵਿੱਚ ਲੱਗੇ ਰਹੀਏ। ਤੁਸੀਂ ਸਰਕਾਰ ਨੂੰ ਕੀ ਅਪੀਲ ਕਰੋਗੇ? ਇਹੋ ਅਪੀਲ ਹੈ ਜੀ ਕਿ ਸਾਡੇ ਪਿਤਾ ਜੀ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ ਅਤੇ ਸਾਡੇ ਵਿੱਚ ਭੇਜਿਆ ਜਾਵੇ, ਜੋ ਕਿ ਉਹ ਹੋਰ ਲੋਕ ਸਮਾਜ ਭਲਾਈ ਦੇ ਕੰਮਾਂ ਵਿੱਚ ਵਾਧਾ ਦੇਣ ਅਤੇ ਸਾਨੂੰ ਵੀ ਦਰਸ਼ਨ ਦੇਣ। ਦਰਸ਼ਨ ਦੀ ਮੰਗ ਹੈ ਜੀ, ਪਿਤਾ ਜੀ ਦੇ ਦਰਸ਼ਨਾਂ ਦੀ ਹੀ ਮੰਗ ਹੈ। ਹਾਂਜੀ, ਇਹ ਸੀ ਸਾਡੇ ਨਾਲ ਜੋ ਦੱਸ ਚੁੱਕੇ ਹੈ ਕਿ ਉਹਨਾਂ ਦੇ ਜੋ ਪਤੀ ਸੀ ਉਹਨਾਂ ਨੂੰ ਇੱਕ ਵਾਰੀ ਸੱਪ ਨੇ ਡੱਸ ਲਿਆ ਸੀ, ਅਤੇ ਉਹਨਾਂ ਨੇ ਕਿਵੇਂ ਗੁਰੂ ਜੀ ਨੇ ਉਹਨਾਂ ਦੀ ਜਾਨ ਬਚਾਈ ਹੈ।